प्यारे विद्यार्थियों, वाहिगुरु जी का खालसा, वाहिगुरु जी की फतेह। अज असी पढ़ांगे पाठ पंज, लगां अते लगाखर। ठीक है, लगां की हुंदियां हन इस बारे जानने तो पहला असी कुछ उदाहरणां वेखांगे। देखो, वर्णा जा अक्षरां दी सहायता नाल जो शब्दां नूं लिखिया जांदा है, ठीक है, वर्ण जा अक्षर, अक्षर ते वर्ण एक ही हन, ठीक है, वर्णा जां अक्षरां दी सहायता नाल जदों शब्दां नूं लिखिया जांदा है तां उस समें वर्णा दे नाल कुछ होर चिन्हां दी वरतों कीती जांदी है। ठीक है, एग्जाम्पल वेखो, जदों आपां कोई शब्द लिखदे हाँ कल्ले अक्षर नहीं लिखदे, उहनां दे नाल कुछ चिन्ह भी हुंदे आ। जिवें एग्जाम्पल दित्ती उहनां ने घोड़ा, घोड़ा नूं लिखिया गया है कग्गे नूं, कग्गा प्लस आ वेखो आ किहड़ा चिन्ह आ, होड़ा, डाड़ा प्लस कन्ना। फिर हुण की बने शब्द है, कग्गे होड़ा, डाड़े कन्ना घोड़ा। हुण इहदे नाल किन्ने चिन्ह लगे हुए, दो, एक ते कन्ना लगा होया, एक होड़ा। इह दोवां दे चिन्हां दे लगण दे नाल इस शब्द दी रचना होई है, ते शब्द की बनया, किहड़ा शब्द दी उत्पत्ति होई है, घोड़ा। इसे तरीके नाल नैक्सट वेखो, ऐनक, ऐड़ा, फिर दुलावां लग प्लस दुलावां प्लस नन्ना प्लस कक्का। हुण आ तिन्ने वेखो अक्षर आ, ऐड़ा भी अक्षर आ, नन्ना भी अक्षर आ, कक्का भी अक्षर आ, ठीक है, इन्हां दी अपनी कोई आवाज़ नहीं है। ठीक है, लगां दे नाल इन्हां दी आवाज़ जिहड़ी ओह पैदा हुंदी है, अक्षरां दी अपनी कोई आवाज़ नहीं है। ठीक है, लगां ओह चिन्ह दे जिन्हां दी मदद दे नाल असीं अक्षरां दा उच्चारण करते हैं। ठीक है, वेखो फिर इन्हां नूं जोड़िया आपां, ऐड़ा दुलावां ऐ, नन्ना कक्का ऐनक, इह की हो गया शब्द बन गया किहदी है। हुण इहदे विच दुलावां की है, ठीक है, दुलावां की है, ए आ लग, ठीक है, और आ मुक्ता रूप दे विच ने अक्षर। ठीक है, पंजाबी दे विच कुल किन्नियां लगां हन गुरमुखी विच अपने कोल, 10। हुण इत्थे वेखो आपां इहदी परिभाषा वेखदे इक वारी, परिभाषा वेखण तो पहलां आपां चिन्ह वेख लैने इक वारी। होड़े दा चिन्ह की करदा है, ਘੱਗੇ ਨਾਲ ਹੋੜੇ ਦਾ ਚਿੰਨ੍ਹ ਲੱਗਾ ਹੈ ਅਤੇ ਐੜੇ ਦੇ ਨਾਲ ਦਲਾਵਾਂ ਦਾ ਚਿੰਨ੍ਹ ਲੱਗਾ ਹੋਇਆ, ਅਤੇ ਇਹਨਾਂ ਨਾਲ ਇਹਨਾਂ ਦੀ ਆਵਾਜ਼ ਜਿਹੜੀ ਆ ਵੇਖੋ, ਹੋੜੇ ਦੀ ਚਿੰਨ੍ਹ ਜਿਹੜਾ ਉਹ ਕਿਹੜੀ ਆਵਾਜ਼ ਨੂੰ ਪ੍ਰਗਟ ਕਰਦਾ, ਓ, ਔਰ ਦਲਾਵਾਂ ਦਾ ਚਿੰਨ੍ਹ ਜਿਹੜਾ ਉਹ ਕਿਹੜੀ ਆਵਾਜ਼ ਨੂੰ ਪ੍ਰਗਟ ਕਰਦਾ, ਐ। ਠੀਕ ਹੈ, ਅਜਿਹੇ ਸਾਰੇ ਚਿੰਨ੍ਹਾਂ ਦੀ ਆਪੋ ਆਪਣੀ ਵਿਸ਼ੇਸ਼ ਆਵਾਜ਼ ਹੁੰਦੀ ਹੈ। ਠੀਕ ਹੈ, ਸਾਰਿਆਂ ਚਿੰਨ੍ਹਾਂ ਦੀ ਆਪਣੀ ਆਪਣੀ ਆਵਾਜ਼ ਆ, ਇਸ ਲਈ ਲਗਾਂ ਮਾਤਰਾਵਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਲਗਾਂ ਉਹ ਚਿੰਨ੍ਹ ਹੁੰਦੇ ਜਿਨ੍ਹਾਂ ਦੀ ਮਦਦ ਦੇ ਨਾਲ, ਜਿਨ੍ਹਾਂ ਦੀ ਸਹਾਇਤਾ ਦੇ ਨਾਲ ਅਸੀਂ ਅੱਖਰਾਂ ਦਾ ਉਚਾਰਨ ਕਰਦੇ ਹਾਂ। ਠੀਕ ਹੈ, ਲਗਾਂ ਤੋਂ ਬਗੈਰ ਅੱਖਰ ਕੋਈ ਵੀ ਆਵਾਜ਼ ਜਿਹੜਾ ਉਹ ਪ੍ਰਗਟ ਨਹੀਂ ਕਰਦਾ, ਲਗਾਂ ਤੋਂ ਬਗੈਰ ਅੱਖਰ ਆਵਾਜ਼ ਪ੍ਰਗਟ ਨਹੀਂ ਕਰਦਾ। ਆ ਵੇਖੋ ਸਵਰ ਮਹਾਰਨੀ ਥੱਲੇ ਲਿਖਿਆ ਹੋਇਆ ਆਵਾਜ਼, ਆਹ ਆਵਾਜ਼ ਹੀ ਹੈ ਇਹਨਾਂ ਦੀ। ਠੀਕ ਹੈ, ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਪੜ੍ਹਾਂਗੇ। ਪਹਿਲਾਂ ਵੇਖ ਲਓ ਦੀ ਪਰਿਭਾਸ਼ਾ ਇੱਥੇ ਕੀ ਦਿੱਤੀ ਹੋਈ ਉਹਨਾਂ ਨੇ, ਕਿ ਪੰਜਾਬੀ ਭਾਸ਼ਾ ਵਿਚਲੇ ਸ਼ਬਦਾਂ ਦੀ ਸ਼ੁੱਧ ਲਿਖਤ ਅਤੇ ਉਚਾਰਨ ਲਈ ਵਰਨਾ ਨਾਲ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਲਗਾਂ ਕਿਹਾ ਜਾਂਦਾ ਹੈ। ਹੁਣ ਕੀ ਕਿਹਾ ਇਹਨਾਂ ਨੇ ਕਿ ਜਿੰਨੇ ਵੀ ਸ਼ਬਦਾਂ ਦੀ ਰਚਨਾ ਹੁੰਦੀ ਉਹਨਾਂ ਦੇ ਨਾਲ ਜਿਹੜੇ ਚਿੰਨ੍ਹ ਵਰਤੇ ਜਾਂਦੇ ਆ, ਸੋਰੀ, ਸ਼ਬਦਾਂ ਦੀ ਸ਼ੁੱਧ ਲਿਖਤ ਅਤੇ ਉਚਾਰਨ ਲਈ ਜਿਹੜੇ ਵਰਨਾ ਦੇ ਨਾਲ ਚਿੰਨ੍ਹ ਵਰਤੇ ਜਾਂਦੇ ਆ ਉਹਨਾਂ ਨੂੰ ਆਪਾਂ ਲਗਾਂ ਕਹਿੰਦੇ ਹਾਂ। ਠੀਕ ਹੈ, ਵਰਨਾ ਦੇ ਨਾਲ ਆਹ ਯਾਦ ਰੱਖਣਾ ਤੁਸੀਂ, ਵਰਨਾ ਨਾਲ ਜਿਹੜੇ ਚਿੰਨ੍ਹਾਂ ਦੀ ਵਰਤੋਂ ਹੁੰਦੀ ਆ ਉਸ ਨੂੰ, ਉਹਨਾਂ ਨੂੰ ਅਸੀਂ ਲਗਾਂ ਕਹਿੰਦੇ ਹਾਂ। ਠੀਕ ਹੈ, ਵਰਨਾ ਨਾਲ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸਨੂੰ ਲਗਾਂ ਕਿਹਾ ਜਾਂਦਾ ਹੈ। ਠੀਕ ਹੈ, ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੀਆਂ ਲਗਾਂ ਹਨ, 10। ਹੁਣ ਆਪਾਂ ਇਹਨਾਂ ਦਾ ਵੇਰਵਾ ਵਾਰ ਇੱਕ ਇੱਕ ਕਰਕੇ ਹੌਲੀ ਹੌਲੀ ਦੇਖਾਂਗੇ। ਠੀਕ ਹੈ, ਵੇਖੋ ਸਭ ਤੋਂ ਪਹਿਲਾਂ ਮੁਕਤਾ, ਇਹਦੀ ਆਵਾਜ਼ ਕੀ ਹੈ, ਅ, ਸਵਰ ਮਹਾਰਨੀ ਆਵਾਜ਼, ਐੜਾ ਮੁਕਤਾ ਵਧਾਏ, ਇਹਦਾ ਕੋਈ ਚਿੰਨ੍ਹ ਨਹੀਂ ਹੁੰਦਾ। ਠੀਕ ਹੈ, ਪੂਰਾ ਐਸੇ ਤਰੀਕੇ ਨਾਲ ਅੱਖਰ ਹੀ, ਇਹਦਾ ਕੋਈ ਚਿੰਨ੍ਹ ਨਹੀਂ ਹੈਗਾ ਜਿਵੇਂ ਬਾਕੀ ਚਿੰਨ੍ਹ ਦਿੱਤੇ ਹੋਏ ਨਾ, ਮੁਕਤੇ ਦਾ ਕੋਈ ਚਿੰਨ੍ਹ ਨਹੀਂ ਹੁੰਦਾ, ਇਹ ਮੁਕਤਾ ਰੂਪ ਜਿੱਦਾਂ ਐੜਾ, ਇਹਦੀ ਆਵਾਜ਼ ਕੀ ਹੈ, ਅ। ਠੀਕ ਹੈ, ਜਿਵੇਂ ਗਰਮ, ਨਰਮ, ਥਰਮਸ। ਨੈਕਸਟ ਹੈ ਕੰਨਾ, ਕੰਨੇ ਦੀ ਆਵਾਜ਼ ਕੀ ਹੈ, ਆ, ਇਹਦੀ ਆਵਾਜ਼ ਕੀ ਹੈ, ਆ, ਇਹ ਇਹਦਾ ਚਿੰਨ੍ਹ ਹੈ, ਕੰਨੇ ਦਾ ਚਿੰਨ੍ਹ, ਕੰਨਾ ਇਸ ਤਰੀਕੇ ਨਾਲ ਪਵਾਉਂਦੇ। ਇਹ 'ਚ ਹਮੇਸ਼ਾ ਯਾਦ ਰੱਖਣਾ ਕਿ ਕੰਨਾ ਅੱਖਰ ਦਾ ਅੱਧਾ ਹੁੰਦਾ ਵਾ। ਠੀਕ ਹੈ, ਜਿੱਡਾ ਅੱਖਰ ਹੋਵੇ, ਫੋਰ ਐਗਜ਼ਾਮਪਲ ਕਈ ਬੱਚੇ ਕੀ ਕਰਦੇ ਆ, ਰਾਰਾ ਲਿਖਦੇ ਆ ਔਰ ਰਾਰੇ ਦੇ ਨਾਲ ਐਡਾ ਵੱਡਾ ਕੰਨਾ ਹੀ ਪਾ ਦਿੰਦੇ, ਫਿਰ ਉਹ ਤਾਂ ਗੱਗਾ ਹੀ ਬਣ ਗਿਆ ਨਾ। ਠੀਕ ਹੈ, ਇਹ ਗਲਤ ਆ।
ਜਦੋਂ ਅਸੀਂ ਲਿਖਦੇ ਹਾਂ ਉਸ ਟਾਈਮ 'ਤੇ ਤੁਸੀਂ ਧਿਆਨ ਰੱਖਣਾ ਕਿ ਕੰਨਾ ਜਿਹੜਾ ਵਾ ਉਹ ਅੱਖਰ ਦਾ ਅੱਧਾ ਹੋਵੇ। ਠੀਕ ਹੈ, ਆ ਕੰਨੇ ਦੀ ਆਵਾਜ਼ ਕੀ ਹੈ, ਆ। ਠੀਕ ਹੈ, ਇਹਦਾ ਚਿੰਨ ਆ, ਕੱਕੇ ਕੰਨਾ ਕਾਰ ਆ ਰਾ ਕਾਰ, ਹਾਰ ਮਾਲਾ, ਇਹ ਦੀ ਐਗਜ਼ਾਮਪਲ ਆ। ਠੀਕ ਹੈ, ਲਗਾਂ ਨਾਲ ਲਗਾ ਕੇ ਸ਼ਬਦ ਬਣਾਏ ਗਏ ਆ। ਨੈਕਸਟ ਸਿਹਾਰੀ, ਸਿਹਾਰੀ ਦੀ ਆਵਾਜ਼ ਕੀ ਹੈ, ਏ। ਠੀਕ ਹੈ, ਸਿਹਾਰੀ ਦਾ ਚਿੰਨ, ਠੀਕ ਹੈ, ਇੱਕ ਘੁਮਿਆਰ। ਫਿਰ ਅੱਗੇ ਆਪਾਂ ਇਹਦੇ ਬਾਰੇ ਵਿਸਥਾਰ ਨਾਲ ਪੜ੍ਹਨਾ, ਇਸ ਕਰਕੇ ਮੈਂ ਇਸ ਨੂੰ ਕਰਵਾ ਰਹੀ ਹਾਂ ਥੋੜ੍ਹਾ ਸੰਖੇਪ ਦੇ ਵਿੱਚ। ਅੱਗੇ ਇੱਕ ਇੱਕ ਚਿੰਨ੍ਹ ਬਾਰੇ ਆਪਾਂ ਵਿਸਥਾਰ ਨਾਲ ਪੜ੍ਹਾਂਗੇ ਕਿ ਕਿੱਥੇ ਲੱਗਦਾ ਹੈ, ਇਹਦੀ ਸ਼ੇਪ ਕਿਵੇਂ ਦੀ ਹੈ। ਠੀਕ ਹੈ, ਨੈਕਸਟ ਆ ਓ, ਔਂਕੜ। ਆਏ ਦੀ, ਆਏ ਦਾ ਚਿੰਨ੍ਹ ਆ, ਇਹਦੀ ਆਵਾਜ਼ ਕੀ ਆ, ਓ। ਹੁਣ ਉਸ ਫੁਲਕਾਰੀ, ਦਲੈਂਕੜ ਦੀ ਆਵਾਜ਼। ਨੈਕਸਟ ਆ ਦੁਲੈਂਕੜ, ਦਲੈਂਕੜ ਦੀ ਆਵਾਜ਼ ਕੀ ਹੈ, ਊ। ਆਏ ਦਾ ਚਿੰਨ੍ਹ ਹੈ, ਠੀਕ ਹੈ, ਇਹਦੀ ਆਵਾਜ਼ ਕੀ ਹੈ, ਊ। ਅਤੇ ਕੱਕੇ ਦਲੈਂਕੜ ਕੂ, ਲਲਕਨ ਲਾ ਕੂਲਾ, ਦਲੈਂਕੜ ਮੂ, ਲਲਬੈਰਲੀ ਮੂਲੀ, ਖੂਬਸੂਰਤ। ਸੋ ਇਹਦੀ ਆਵਾਜ਼ ਕੀ ਹੈ, ਊ। ਨੈਕਸਟ ਹੈ ਏ, ਲਾਂ। ਠੀਕ ਹੈ, ਲਾਂ ਦੀ ਆਵਾਜ਼ ਕੀ ਹੈ, ਏ। ਏ ਦਾ ਚਿੰਨ੍ਹ ਆ, ਠੀਕ ਹੈ, ਇਹ ਅਸੀਂ ਇਸ ਤਰੀਕੇ ਨਾਲ ਪਾਉਂਦੇ ਹਾਂ, ਔਰ ਇਹਦੀ ਕੁੰਡੀ ਨਹੀਂ ਕਿਸੇ ਨੇ ਮੋੜਨੀ, ਜਿਹੜੀ ਆਹ ਵਾਲੀ ਕੁੰਡੀ ਮੋੜਦੇ ਆ ਇਹ ਆਪਣੀ ਹੁੰਦੀ ਹੈ ਹਿੰਦੀ ਦੀ ਮਾਤਰਾ। ਠੀਕ ਹੈ, ਇਹ ਨਹੀਂ ਕਿਸੇ ਨੇ ਕਰਨੀ, ਲਾਂ ਇਸੇ ਤਰੀਕੇ ਨਾਲ ਹੀ ਪਾਉਣੀ ਹੈ। ਠੀਕ ਹੈ, ਏ, ਇਹਦੀ ਆਵਾਜ਼ ਕੀ, ਲਾਂ ਦੀ, ਏ। ਵੇਲ, ਮੰਮੇ ਲਾ ਮੇ, ਲਲਕਨ ਲਾ ਮੇਲਾ, ਬਵੇ ਲਾ ਵੇ, ਖੱਖਾ ਨਣਕਨਣਾ ਵੇਖਣਾ। ਨੈਕਸਟ ਆ ਦੁਲਾਵਾਂ, ਦੁਲਾਵਾਂ ਦੀ ਆਵਾਜ਼ ਕੀ ਹੈ, ਐ। ਐ ਦਾ ਚਿੰਨ੍ਹ ਹੈ। ਨੈਕਸਟ ਐਨਕ, ਵੇਖੋ ਮੈਦਾਨ। ਐਤਵਾਰ, ਮੰਮੇ ਦਲਾਵਾਂ ਮੈਂ, ਦਦਿਕਨ ਦਾ ਨੰਨਾ ਮੈਦਾਨ, ਅੜਾ ਦਲਾਵਾਂ ਐ ਤੱਤਾ ਐ ਤਵਾ ਵਿਕਨ ਵਾਰ ਅਰਵਾਰ। ਸੋ ਦਲਾਵਾਂ ਦੀ ਆਵਾਜ਼ ਕੀ ਹੋ ਗਈ, ਐ। ਨੈਕਸਟ ਆ ਹੋੜਾ, ਹੋੜੇ ਦੀ ਆਵਾਜ਼ ਕੀ ਹੈ, ਓ। ਐ ਦਾ ਚਿੰਨ੍ਹ ਹੈ, ਵੇਖੋ ਹੋੜੇ ਦੀ ਆਵਾਜ਼ ਕੀ ਹੈ, ਓ। ਅਤੇ ਜਦੋਂ ਆਪਾਂ ਬੋਲਣਾ ਇਹਨੂੰ ਜੋੜ ਲਾਉਣਾ, ਫਿਰ ਆਪਾਂ ਓ ਦੀ ਆਵਾਜ਼ ਕੱਢ ਕੇ ਬੋਲਣਾ। ਟੈਂਕੇ ਹੋੜਾ ਟੋ, ਕੱਕਾ ਨਣਕੰਨਣਾ ਟੋਕਣਾ। ਇਸੇ ਤਰੀਕੇ ਨਾਲ ਤੁਸੀਂ ਪੜ੍ਹਨਾ ਬੋਲੀ ਜੋੜਾ। ਠੀਕ ਹੈ, ਨੈਕਸਟ ਆ ਕਨੌੜਾ, ਕਨੌੜੇ ਦੀ ਆਵਾਜ਼ ਕੀ ਆ, ਔ। ਆ ਇਹਦਾ ਚਿੰਨ੍ਹ ਹੈ, ਇਸ ਨੂੰ ਐਂ ਕਰਕੇ ਇਸ ਤਰੀਕੇ ਨਾਲ ਪਾਇਆ ਜਾਂਦਾ ਹੈ। ਠੀਕ ਹੈ, ਸ਼ੌਕ, ਫੌਜੀ, ਚੌਲ। ਸੋ ਬੇਟਾ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਸਾਰਿਆਂ ਨੇ ਕਿ ਹੋੜੇ ਦੀ ਅਤੇ ਕਨੌੜੇ ਦੀ ਆਵਾਜ਼ ਵਿੱਚ ਬੜਾ ਫਰਕ ਹੈ। ਜਦੋਂ ਬੱਚੇ ਉਚਾਰਨ ਕਰਦੇ ਆ ਨਾ, ਤੁਸੀਂ ਰੀਡਿੰਗ ਕਰਦੇ ਹੋ, ਉਦੋਂ ਬਹੁਤ ਸਾਰੀਆਂ ਗਲਤੀਆਂ ਇੱਥੇ ਕਰਦੇ ਜੀ। ਇਹਦੀ ਆਵਾਜ਼ ਓ ਆ ਅਤੇ ਇਹਦੀ ਔ। ਇਸ ਜਦੋਂ ਕਨੌੜੇ ਦੀ ਕਨੌੜਾ ਬੋਲਦੇ ਹਾਂ ਆਪਾਂ, ਉਦੋਂ ਆਪਣਾ ਮੂੰਹ ਜਿਹੜਾ ਉਹ ਜ਼ਿਆਦਾ ਖੁੱਲ੍ਹਦਾ ਵਾ। ਠੀਕ ਹੈ, ਜਦੋਂ ਹੋੜੇ ਦੀ ਆਵਾਜ਼ ਖੋਲ੍ਹਦੇ ਉਦੋਂ ਮੂੰਹ ਘੱਟ ਖੁੱਲ੍ਹਦਾ, ਜੇ ਧਿਆਨ ਰੱਖਣਾ ਇਸ ਗੱਲ ਦਾ। ਇਹ ਸਾਰੀਆਂ ਲਗਾਂ ਮਾਤਰਾਵਾਂ ਜਿਹੜੀਆਂ ਵਾ, ਇਹਨਾਂ ਨੂੰ ਧਿਆਨ ਨਾਲ ਤੁਸੀਂ ਪੜ੍ਹਨਾ ਔਰ ਯਾਦ ਕਰਨਾ ਹੈ। ਇਹਨਾਂ ਦੀ ਆਵਾਜ਼ ਨੂੰ ਜ਼ਰੂਰ ਇੱਕ ਵਾਰੀ ਪੜ੍ਹਨਾ, ਅ ਆ ਏ ਈ ਓ ਊ ਏ ਐ ਓ ਔ। ਇਸ ਤਰੀਕੇ ਨਾਲ ਇਹਨਾਂ ਨੂੰ ਪੜ੍ਹਨਾ ਤਾਂ ਤੁਹਾਡੀ ਰੀਡਿੰਗ ਜਿਹੜੀ ਆ ਉਹ ਬੈਸਟ ਹੋ ਸਕਦੀ ਹੈ। ਠੀਕ ਹੈ, ਸੋ ਧਿਆਨਪੂਰਵਕ ਇਸ ਚੈਪਟਰ ਨੂੰ ਸੁਣਨਾ ਔਰ ਪੜ੍ਹਨਾ। ਇੱਥੋਂ ਤੱਕ ਕਿ ਅੱਜ ਆਪਾਂ ਕਰਾਂਗੇ, ਕੱਲ੍ਹ ਆਪਾਂ ਨੈਕਸਟ ਸਟਾਰਟ ਕਰਾਂਗੇ। ਠੀਕ ਹੈ, ਧੰਨਵਾਦ।